ਸਕੂਲਾਂ ਦੇ ਵਿੱਚ ਕਦੇ ਵੀ ਜਦੋਂ ਵੀ ਬੱਚਿਆਂ ਨੂੰ ਸਟੱਡੀ ਕਰਵਾਈ ਜਾਂਦੀ ਆ, ਉਹਨਾਂ ਨੂੰ ABCD ਤੋਂ ਸਟਾਰਟ ਕੀਤਾ ਜਾਂਦਾ ਨਾ, ਉਹ ਤੋਂ ਪਹਿਲਾਂ ਕੁਛ ਵੀ ਨਹੀਂ ਦੱਸਿਆ ਜਾਂਦਾ, ਫਿਰ ਹਿਸਟਰੀਆਂ ਪੜ੍ਹਾਈਆਂ ਜਾਂਦੀਆਂ ਨੇ। ਐਕਚੁਅਲ ਦੇ ਵਿੱਚ ਜਿਹੜੀ ਚੀਜ਼ ਮੇਨ ਹੈ ਜਾਂ ਪ੍ਰੈਜੈਂਟ ਹੈ ਜਾਂ ਹੁਣ ਹੈ, ਉਹ ਕਿਉਂ ਨਹੀਂ ਦੱਸੀ ਜਾਂਦੀ ਵੀ ਦੁਨੀਆਂ ਦਾ ਸਿਸਟਮ ਐਵੇਂ ਹੈ, ਐਵੇਂ ਆਹ ਚੀਜ਼ ਚੱਲ ਰਹੀ ਹੈ, ਆਹ ਆਪਾਂ ਆਹ ਸਟੇਜ ਦੇ ਉੱਪਰ ਹੈ, ਮਤਲਬ ਕਿ ਕਹਿ ਲਓ ਵੀ ਆਹ ਚੀਜ਼ ਹੁਣ ਚੱਲ ਰਹੀ ਹੈ, ਪਹਿਲਾਂ ਐਵੇਂ ਸੀ, ਫਿਰ ਐਵੇਂ ਸੀ, ਫਿਰ ਐਵੇਂ ਸੀ, ਹੁਣ ਇੱਥੇ ਹੈ, ਇੱਥੋਂ ਆਪਾਂ ਨੇ ਰਿਸਰਚ ਵਰਕ ਕਰਨਾ ਕਿ ਵਧੀਆ ਬਣਾਈਏ ਇਹਨੂੰ, ਬੈਟਰ ਕਰੀਏ, ਕਿਉਂ ਨਹੀਂ ਦੱਸੀਆਂ ਜਾਂਦੀਆਂ ਚੀਜ਼ਾਂ? ਸਿਰਫ ਹਿਸਟਰੀ ਦੱਸੀ ਜਾਂਦੀ, ਐਂ ਕਰ ਲਓ ਉਹ ਕਰ ਲਓ, ਬੱਚੇ ਪਾਗਲ ਹੋ ਜਾਂਦੇ ਉਹਨਾਂ ਚੀਜ਼ਾਂ ਦੇ ਵਿੱਚ, ਘੱਟੋ ਘੱਟ 20 ਦਾ ਫੀਲਡ ਪੜ੍ਹਾ ਦਿੰਦੇ ਆ, ਸਮਝ ਉਹਨਾਂ ਨੂੰ ਇੱਕ ਦੀ ਵੀ ਨਹੀਂ ਆਉਂਦੀ, ਕਨਫਿਊਜ਼ ਹੋ ਜਾਣਗੇ। ਜੇ 10 ਚੀਜ਼ਾਂ ਮੈਂ ਤੁਹਾਡੇ ਸਾਹਮਣੇ ਰੱਖਦਾ ਤੁਸੀਂ ਪਾਗਲ ਹੋ ਜਾਓਗੇ ਕਿ ਕਿਹੜੀ ਚੀਜ਼ ਮੈਂ ਸਿਲੈਕਟ ਕਰਾਂ, ਕਿਹੜੀ ਨਾ ਕਰਾਂ। ਜਦਕਿ ਲੋਕਾਂ ਨੂੰ ਇੱਕ ਰੂਟ ਸਮਝਾਉਣਾ ਬਹੁਤ ਜ਼ਰੂਰੀ ਹੈ ਵੀ ਇਹਦਾ ਇੱਕੋ ਹੀ ਚੀਜ਼ ਹੈ, ਬੇਸ ਤਾਂ ਇੱਕੋ ਹੀ ਹੈ, ਚਾਹੇ ਇਹਦੇ ਹਜ਼ਾਰਾਂ ਤੁਸੀਂ ਫੀਲਡ ਬਣਾ ਲਓ, ਪਰ ਐਕਚੁਅਲ ਦੇ ਵਿੱਚ ਬੇਸ ਇਹਦਾ ਇੱਕੋ ਹੀ ਹੈ, ਜੜ੍ਹ ਇਹਦੀ ਇੱਕੋ ਹੀ ਹੈ। ਉਹ ਚੀਜ਼ ਲੋਕਾਂ ਨੂੰ ਸਮਝਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਲੋਕਾਂ ਨੂੰ ਸਮਝ ਆਊਗੀ ਤਾਂ ਲੋਕ ਤਾਂ ਹੀ ਕੁਛ ਬੈਟਰ ਕਰ ਸਕਣਗੇ ਨਾ। ਜੇ ਲੋਕਾਂ ਨੂੰ ਕੁਛ ਸਮਝ ਹੀ ਨਹੀਂ ਹੈਗੀ ਤਾਂ ਲੋਕਾਂ ਨੇ ਰੋਟੀ ਪਿੱਛੇ ਹੀ ਭੱਜਣਾ ਹੈਗਾ, ਹੋਰ ਤਾਂ ਕੁਛ ਕਰ ਨਹੀਂ ਸਕਦੇ ਲੋਕ, ਕਿਉਂਕਿ ਸਿਖਾਇਆ ਹੀ ਗਿਆ ਜੋਬ ਕਰੋ। ਕਦੇ ਸਕੂਲਾਂ ਦੇ ਵਿੱਚ ਇਹ ਥੋੜ੍ਹਾ ਦੱਸਿਆ ਜਾਂਦਾ ਵੀ ਆਹ ਚੀਜ਼ ਐਵੇਂ ਕਰਨੀ ਹੈ, ਐਵੇਂ ਆਪਾਂ ਚੀਜ਼ਾਂ ਕ੍ਰੀਏਟ ਕਰਨੀਆਂ ਨੇ ਅਤੇ ਇਹਦੇ ਨਾਲ ਲੋਕਾਂ ਦੀਆਂ ਸਹੂਲਤਾਂ ਵਧਣਗੀਆਂ, ਐਵੇਂ ਐਵੇਂ ਕਰਕੇ, ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਕਿਸੇ ਚੀਜ਼ ਦੀ, ਕਿੱਥੇ ਲੋਕਾਂ ਨੂੰ ਕੰਪੀਟੀਸ਼ਨ ਕਰਾਇਆ ਜਾਂਦਾ ਤੁਸੀਂ ਫੇਲ ਨਾ ਹੋ ਜਾਓ, ਇਹ ਨਾ ਹੋ ਜਾਓ, ਉਹ ਨਾ ਹੋ ਜਾਓ। ਯਾਰ ਫੇਲੀਅਰ ਹੋਣ ਬਾਰੇ ਸਿਖਾਓ ਵੀ, ਹਾਂ ਫੇਲ ਹੁੰਦੇ ਆ ਬੰਦੇ, ਨਾ ਜੀ ਫੇਲ ਨਹੀਂ ਹੋਣ, ਕਿਉਂ ਨਹੀਂ ਹੋਣਾ ਬਾਈ? ਤੂੰ ਸਾਰੇ ਸਕੂਲਾਂ ਦੇ ਟੀਚਰਾਂ ਨੂੰ ਚੱਕ ਲਿਆ, ਜਿਹੜਾ ਨੂੰ ਮਰਜ਼ੀ ਕਹਿ ਦੇ, ਨਵਾਂ ਕੋਈ ਫੀਲਡ ਦੇ, ਨਵਾਂ ਚੀਜ਼ ਕ੍ਰੀਏਟ ਕਰ, ਉਹਦੇ 'ਚ ਬੰਦਾ ਫੇਲ ਹੋਊਗਾ 100%।